ਉਹ ਕਹਿੰਦੇ ਬਸ ਚੜੀ ਨਹੀਂ ਕਹਿੰਦਾ ਇੱਥੇ ਚੀ ਬੈਠਾ ਸ਼ਾਮ ਵੀ ਹੋ ਗਈ ਕਹਿੰਦੇ ਹੁਣ ਮੈਂ ਬੈਠਾ ਪਹਿਲਾਂ ਪਹਿਲਾਂ ਬਹੁਤ ਲਿਖਾ ਪਿਆ ਜੀ ਬਾਕੀ ਸਵਾਰੀ ਲੰਘਦੀ ਦੇਖਦੇ ਅਸਲੀ ਆ ਕਿ ਨਕਲੀ ਆ ਤੇ ਫੋਟੋ ਖਿੱਚ ਕੇ ਲੈ ਕੇ ਜਾਂਦੇ ਸਾਰੇ ਜੀ ਜਦੋਂ ਤੁਸੀਂ 4-5 ਜੂਰ ਕੇ ਤੁਸੀਂ ਨਾਲ ਹੋਰ ਬੈਠ ਜਾਂਦੇ ਹੋ ਜਾ ਕੇ ਫਿਰ ਤਾਂ ਇਹਨਾਂ ਦੇ ਪਛਾਣੇ ਨਹੀਂ ਹੁੰਦੀ ਹੋਣੀ ਨਹੀਂ ਜੀ ਇਹ ਤਾਂ ਸਾਰੇ ਹਾਂਜੀ ਫੋਟੋ ਖਿੱਚ ਕੇ ਲੈ ਕੇ ਜਾਂਦੇ ਸਾਰੇ ਸਾਨੂੰ ਵੀ ਨਾਲ ਬਿਠਾ ਕੇ ਹੋਰਾਂ ਨੂੰ ਵੀ ਜੀ ਹਾਂਜੀ ਸਾਰੇ ਗੱਡੀਆਂ ਦੇ ਖੜ ਕੇ ਜੀ ਬੱਚਿਆਂ ਨੂੰ ਵੀ ਹੋਰ ਕੀ ਫੋਟੋ ਦਿਖਾ ਕੇ ਲੈ ਕੇ ਜਾਂਦੇ ਸਪੈਸ਼ਲ ਹੁੰਦੇ ਆ ਜੀ ਪੰਜਾਬੀ ਸੱਭਿਆਚਾਰ ਤੇ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਇਹ ਤਸਵੀਰਾਂ ਕਿਸੇ ਅਜਾਇਬ ਘਰ ਦੀਆਂ ਨਹੀਂ ਸਗੋਂ ਸੰਗਰੂਰ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਸੁਲਤਾਨਪੁਰ ਦੀਆਂ ਹਨ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਨੇ ਆਪਣੇ ਪੁਰਾਤਨ ਸੱਭਿਆਚਾਰ ਨੂੰ ਆਪਣੀ ਗੋਦ ਦੇ ਵਿੱਚ ਸਮੇਟ ਕੇ ਰੱਖਿਆ ਹੋਇਆ ਹੈ। ਇਸ ਪਿੰਡ ਦੇ ਵਿੱਚ ਆਉਣ ਵਾਲੇ ਲੋਕ ਅਕਸਰ ਹੀ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਇੱਥੇ ਆ ਕੇ ਤਾਜ਼ਾ ਕਰ ਜਾਂਦੇ ਹਨ ਕਿਉਂਕਿ ਪਿੰਡ ਦਾ ਮਾਹੌਲ ਹੀ ਪੁਰਾਤਨ ਹੈ। ਪਿੰਡ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਦੇ ਨਾਲ ਇੱਕ ਫੱਟੀ ਵੀ ਬਣਾਈ ਗਈ ਹੈ ਜਿਸ ਦੇ ਉੱਪਰ ਊੜਾ ਐੜਾ ਵੀ ਲਿਖਿਆ ਹੋਇਆ ਹੈ। ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਇਸ ਮੌਕੇ ਦਾਅਵਾ ਕੀਤਾ ਹੈ ਕਿ ਪਿੰਡ ਸੁਲਤਾਨਪੁਰ ਪੰਜਾਬ ਦਾ ਸਭ ਤੋਂ ਸੁੰਦਰ ਅਤੇ ਸਾਫ਼ ਪਿੰਡ ਹੈ। ਉਹਨਾਂ ਕਿਹਾ ਕਿ ਇਸ ਨੂੰ ਚਿਠਲਾਉਣ ਵਾਲੇ ਨੂੰ 11,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪਿੰਡ ਦੇ ਲੋਕਾਂ ਨੇ ਵੀ ਆਪਣੇ ਪਿੰਡ ਦੀ ਸੁੰਦਰਤਾ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ ਹੈ। ਸਰਪੰਚ ਗੁਰਦੀਪ ਸਿੰਘ ਪਿੰਡ ਸੁਲਤਾਨਪੁਰ ਧੂਰੀ ਵਿਧਾਨ ਸਭਾ ਹਲਕਾ ਦਾ ਪਿੰਡ ਹੈ ਜੀ। ਸੀ ਐਮ ਸਾਹਿਬ ਮਾਨ ਸਰਪੰਚ ਸਾਹਿਬ ਪਿੰਡ ਦੇ ਵਿੱਚ ਦੇਖਦੇ ਹਾਂ ਕਿ ਤੁਸੀਂ ਨੇ ਫੱਟੀ ਲਾਈ ਹੈ, 35 ਤਾਰੀ ਆ ਜਾਂ ਕਈ ਤਰ੍ਹਾਂ ਦੇ ਬੁੱਤ ਲਾਏ ਨੇ, ਕੀ ਚੀਜ਼ਾਂ ਲਾਈਆਂ ਨੇ, ਕਿਵੇਂ ਦਿਮਾਗ ਦੇ ਵਿੱਚ ਆਇਆ? ਫੱਟੀ ਆ ਜੀ, ਮਾਨ ਸਾਹਿਬ ਨੇ ਜੀ, ਸਾਡੇ ਸੀ ਐਮ ਸਾਹਿਬ ਨੇ ਜੀ ਪੰਜਾਬੀ ਦਿਹਾੜਾ ਮਨਾਇਆ ਸੀ, ਉਹਦੇ ਵਿੱਚ ਅਸੀਂ ਵੀ ਥੋੜ੍ਹਾ ਜਿਹਾ ਯੋਗਦਾਨ ਪਾਇਆ। ਮਾਨ ਸਾਹਿਬ ਦੇ ਦਿੱਤੇ ਹੋਏ ਸੰਦੇਸ਼ ਮੁਤਾਬਕ ਇੱਕ ਫੱਟੀ ਲਾਈ ਹੈ ਜੀ। ਇਸ ਤੋਂ ਇਲਾਵਾ ਜੋ ਦਿੱਲੀ ਤੋਂ ਕਿਸਾਨ ਮੋਰਚਾ ਜਿੱਤ ਕੇ ਆਏ ਤੇ ਉਹਨਾਂ ਨੂੰ ਸਮਰਪਿਤ ਜਾਂ ਸ਼ਹੀਦ ਹੋਏ ਨੇ ਜੀ, ਅਸੀਂ ਇੱਕ ਚੌਂਕ ਕੀਤਾ ਜੀ, ਉਹਦੇ ਵਿੱਚ ਅਸੀਂ ਬਲਦ, ਕਿਸਾਨ, ਹਲ ਵਾਹੁੰਦਾ ਜਾਂ ਹੋਰ ਉਹਦਾ ਨੌਕਰ ਸਾਰਿਆਂ ਦਾ ਅਸੀਂ ਸਟੈਚੂ ਲਾਏ ਨੇ। ਇਸ ਤੋਂ ਇਲਾਵਾ ਜਿਨ੍ਹਾਂ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਕਾਸ਼ਤਕਾਰੀ ਦੇ ਹੱਕ ਦਵਾਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਚਾਹਰੀ ਉਹਨਾਂ ਨੇ ਧਰਮ ਲਈ ਕੰਮ ਕੀਤਾ ਅਤੇ ਉਹਦੇ ਸਟੈਚੂ ਲਾਏ ਨੇ। ਔਰਤਾਂ ਨੂੰ ਸਮਰਪਿਤ ਅਸੀਂ ਮਾਤਾ ਭਾਗ ਕੌਰ ਦੇ ਵੀ ਉਹ ਤੋਂ ਸਿੱਖ ਕੇ ਅੱਗੇ ਵਧਣਗੀਆਂ ਜੀ, ਅਤੇ ਸੰਘਰਸ਼ ਵਿੱਚ ਵੱਧ ਤੋਂ ਵੱਧ ਸਾਡੇ ਪਿੰਡ ਦੀਆਂ ਔਰਤਾਂ ਨੇ ਯੋਗਦਾਨ ਪਾਇਆ, ਚਾਹੇ ਦਿੱਲੀ ਮੋਰਚਾ ਸੀ ਜੀ ਉਹਨਾਂ ਨੂੰ ਅਸੀਂ ਸਮਰਪਿਤ ਇੱਕ ਚੌਂਕ ਉਹਨਾਂ ਨੂੰ ਕੀਤਾ ਜੀ। ਇਸ ਤੋਂ ਇਲਾਵਾ ਅਸੀਂ ਪਿੰਡ ਦੇ ਵਿੱਚ ਕੋਈ ਨਾਲੀ ਨਹੀਂ ਛੱਡੀ ਜੀ, 1% ਨਾਲੀ ਆ ਜੀ, ਸਾਰਾ ਪਿੰਡ ਸੀਵਰੇਜ ਕੀਤਾ ਜੀ। ਅੱਛਾ, ਜਿਹੜਾ ਇਹ ਉਰੇ ਫੱਟੀ ਲਾਈ ਆ 35 ਏਕੜ ਰਾਏ ਨੇ ਜਾਂ ਬਜ਼ੁਰਗ ਬਿਠਾਏ ਨੇ ਅੱਡੇ ਦੇ, ਇਹ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ? ਮਤਲਬ ਕਿ ਜਿਵੇਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ, ਪਰ ਮਤਲਬ ਕਿ ਇਹ ਚੀਜ਼ਾਂ ਕਿਵੇਂ ਆਈਆਂ, ਵੀ ਇਹੀ ਚੀਜ਼ਾਂ ਕੀਤੀਆਂ ਜਾਣ? ਅਤੇ ਸਰ, ਜਦੋਂ ਸਾਡੇ ਲੀਡਰ ਸਾਹਿਬਾਨ ਮਾਨ ਸਾਹਿਬ ਨੇ ਸੰਦੇਸ਼ ਦਿੱਤਾ ਜੀ ਵੀ ਪੰਜਾਬੀ ਵਿੱਚ ਬਣਦਾ ਆਪਦਾ ਯੋਗਦਾਨ ਪਾਓ, ਥੋੜ੍ਹਾ ਪਾਓ, ਜ਼ਿਆਦਾ ਪਾਓ, ਉਹਦੇ ਮੁਤਾਬਕ ਅਸੀਂ ਪਾਇਆ ਜੀ। ਉਹਨਾਂ ਨੇ ਹੋਟਲਾਂ 'ਤੇ ਵੱਡੇ ਵੱਡੇ ਸਟੋਰਾਂ 'ਤੇ ਪੰਜਾਬੀ ਵਿੱਚ ਲਿਖਣ ਨੂੰ ਸੰਦੇਸ਼ ਦਿੱਤੇ ਜੀ। ਜੇ ਅਸੀਂ ਫੱਟੀ ਲਾਤੀ ਕੋਈ ਵੱਡੀ ਗੱਲ ਨਹੀਂ ਜੀ, ਅਸੀਂ ਫੱਟੀਆਂ ਪੋਚਦੇ ਰਹੇ ਹਾਂ ਜੀ। ਸਾਡੇ 7 ਮੈਂਬਰ ਹਾਂ ਜੀ, ਅਸੀਂ 7 ਨੰਬਰਦਾਰ, 8ਵਾਂ ਸਰਪੰਚ, ਸਾਰਿਆਂ ਨੇ ਫੱਟੀਆਂ ਪੋਚ ਕੇ ਨਿਕਲੇ ਵੀ ਨਹੀਂ ਜੀ। ਅੱਛਾ, ਫਿਰ ਇਹ ਬਜ਼ੁਰਗਾਂ ਦਾ ਜਿਹੜਾ ਬੁੱਤ ਲਾਇਆ, ਮਤਲਬ ਕਈ ਵਾਰ ਦੇਖਦਾ ਕਿ ਭੁਲੇਖਾ ਪੈਂਦਾ, ਜੇ 2-4 ਬਜ਼ੁਰਗ ਨਾਲ ਖੜੇ ਹੋਣ ਤਾਂ ਭੁਲੇਖਾ ਵੀ ਪੈ ਜਾਂਦਾ ਹੈਗਾ? ਨਹੀਂ, ਅਸੀਂ ਇਹ ਇੱਦਾਂ ਲਾਇਆ ਜੀ ਵੀ ਪਹਿਲਾਂ ਜਿਹੜੇ ਬਜ਼ੁਰਗ ਬੱਸ ਚੜ੍ਹਦੇ ਤੇ ਵੀ ਉਹਨਾਂ ਦੇ ਹੱਥ 'ਚ ਕਿਵੇਂ ਥੈਲੇ ਹੁੰਦੇ ਤੇ ਜੀ, ਅਤੇ ਕਿਵੇਂ ਉਹਨਾਂ ਦੀ ਰਹਿਣੀ ਬਹਿਣੀ ਹੁੰਦੀ ਸੀ, ਕਿਵੇਂ ਹੱਥ 'ਚ ਕੁੰਡਾ ਹੁੰਦਾ ਸੀ, ਉਹ ਸੋਚ ਕੇ ਅਸੀਂ ਇਹਨਾਂ ਦੇ ਸਟੈਚੂ ਤਿਆਰ ਕੀਤੇ ਨੇ ਜੀ। ਬਾਕੀ ਜੀ, ਅਸੀਂ ਸਾਡੇ ਪੱਤਰਕਾਰ ਨੇ ਜੀ ਪੰਜਾਬੀ ਟ੍ਰਿਬਿਊਨ ਤੋਂ ਸ਼ੇਰਪੁਰ ਤੋਂ ਨੁਮਾਇੰਦਗੀ ਕਰਦੇ ਨੇ ਵੀਰਵਾਲ ਰਿਸ਼ੀ ਜੀ। ਅੱਜ ਤੋਂ ਤਕਰੀਬਨ 1.25 ਸਾਲ ਪਹਿਲਾਂ ਇੱਕ ਐਡ ਦਿੱਤੀ ਸੀ ਵੀ 7 ਪਿੰਡ ਸੋਹਣਾ ਹੋ ਸਕਦਾ ਜੀ ਸ਼ੇਰਪੁਰ ਬਲਾਕ ਦਾ, ਪਰ ਜਿਹੜਾ 7 ਤੋਂ ਜ਼ਿਆਦਾ ਸਫਾਈ ਦਿਖਾਊਗਾ ਉਹਨੂੰ ਅਸੀਂ 11,000 ਰੁਪਇਆ ਨਾਮ ਰੱਖਿਆ ਵਾ ਸ਼ੇਰਪੁਰ ਬਲਾਕ 'ਚ। ਬਾਹਰਲੇ ਬਲਾਕਾਂ ਦਾ ਨਾਲ ਨਹੀਂ ਅਸੀਂ ਉਹ ਕਰਦੇ ਜੀ, ਸ਼ੇਰਪੁਰ ਬਲਾਕ ਦੇ ਸਾਡੇ 37 ਪਿੰਡ ਨੇ, ਜਿਹੜਾ 7 ਤੋਂ ਜ਼ਿਆਦਾ ਸਫਾਈ ਦਿਖਾ ਦੂ ਉਹਨੂੰ 11,000 ਰੁਪਇਆ ਤੁਰੰਤ ਨਾਮ ਦਿੱਤਾ ਜਾਊਗਾ। ਕੀ ਨਾਮ ਆ ਤੁਹਾਡਾ? ਪਰਮਜੀਤ ਸਿੰਘ ਜੀ। ਅੱਛਾ, ਕਿਵੇਂ ਦੇਖਦੇ ਹੋਗੇ ਜਦੋਂ ਆ ਬੁੱਤ ਲੱਗੇ ਨੇ 35 ਅੱਖਰ ਫੱਟੀ ਲਾਈ ਗਈ ਹੈ? ਦੇਖੋ ਜੀ, ਪੰਜਾਬੀ ਆਪਣੇ ਬੱਚਿਆਂ ਨੂੰ ਜਿਹੜੇ ਇੰਗਲਿਸ਼ ਸਕੂਲਾਂ 'ਚ ਪੜ੍ਹਦੇ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ ਹੈਗੀ, ਇਹ ਊੜਾ ਆੜਾ ਨਹੀਂ ਆਉਂਦਾ ਹੈਗਾ, ਇੱਥੋਂ ਦੇਖ ਕੇ ਊੜਾ ਸਿੱਖਦੇ ਆ ਉਹ, ਹੋਰ ਫੋਟੋਆਂ ਖਿੱਚ ਕੇ ਜਾਂਦੇ ਆ ਗੱਡੀ ਵਾਲੇ, ਉਹ ਬੱਚਿਆਂ ਨੂੰ ਦੱਸਦੇ ਆ ਵੀ ਊੜਾ ਆੜਾ ਇਹ ਹੁੰਦਾ ਗਾ, ਉਹ ਕਹਿੰਦੇ ਅੱਜ ਕੱਲ੍ਹ ਹੈ ਨਹੀਂ ਗੇ, ਇਹੀ ਪੜ੍ਹਦੇ ਆ। ਬਾਕੀ ਉਹ ਸਾਡੇ ਪਿੰਡ 'ਚ ਬਹੁਤ ਸਫਾਈ ਬਹੁਤ ਵਧੀਆ ਗੀ, ਸੀਵਰੇਜ ਪਈ ਹੋਈ ਆ ਸਾਰੇ ਪਿੰਡ 'ਚ। ਅੱਛਾ, ਮੈਂ ਦੇਖ ਰਿਹਾ ਸੀ ਜਦੋਂ ਤੁਸੀਂ ਅਕਸਰ ਉਰੇ ਖੜ ਜਾਂਦੇ ਹੋਵੋਗੇ ਜਦੋਂ ਜਿਹੜੇ ਬੁੱਤ ਲੱਗੇ ਨੇ 2 ਬਜ਼ੁਰਗਾਂ ਦੇ ਲੱਗੇ ਨੇ, ਭੁਲੇਖਾ ਪੈਂਦਾ ਜਦੋਂ ਆਉਣ ਜਾਣ ਵਾਲੇ ਲੋਕ ਹੋਰ ਆਉਂਦੇ ਨੇ ਕਹਿੰਦੇ ਹੋਣਗੇ? ਪਹਿਲਾਂ ਤਾਂ ਕਹਿੰਦੇ ਸਾਡੇ ਬਜ਼ੁਰਗਾਂ ਨੂੰ ਭੁਲੇਖਾ ਪਿਆ ਜੀ, ਮੇਰੇ ਬਾਪੂ ਜੀ ਕਹਿੰਦੇ ਧੁੱਪੇ ਹੀ ਬੈਠੇ, ਸਾਵੇਂ ਨਹੀਂ ਹੁੰਦੇ ਹੈਗੇ, ਇੱਥੋਂ ਭਰਾ ਦੀ ਵੀਰ ਜੀ ਉਹ ਕਹਿੰਦੇ ਬਸ ਚੜ੍ਹੀ ਨਹੀਂ, ਕਹਿੰਦੇ ਇੱਥੇ ਚੀ ਬੈਠੇ ਸ਼ਾਮ ਵੀ ਹੋ ਗਏ ਕਹਿੰਦੇ ਹੁਣ, ਮੈਂ ਤਾਂ ਪਹਿਲਾਂ ਬਹੁਤ ਭੁਲੇਖਾ ਪਿਆ ਜੀ।
ਅੱਗੇ ਸਵਾਰੀ ਲੰਘਦੀ ਦੇਖਦੇ ਅਸਲੀ ਆ ਕਿ ਨਕਲੀ ਆ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਸਾਰੇ ਜੀ। ਜਦੋਂ ਤੁਸੀਂ ਚਾਰ ਪੰਜ ਬਜ਼ੁਰਗ ਤੁਸੀਂ ਨਾਲ ਹੋਰ ਬੈਠ ਜਾਂਦੇ ਹੋ ਜਾ ਕੇ ਫਿਰ ਤਾਂ ਇਹਨਾਂ ਦੇ ਪਛਾਣੇ ਨਹੀਂ ਆਉਂਦੀ ਹੋਣੀ। ਨਹੀਂ ਜੀ ਇਹ ਤਾਂ ਸਾਰੇ ਹਾਂਜੀ ਫੋਟੋਆਂ ਖਿੱਚ ਕੇ ਲੈ ਕੇ ਜਾਂਦੇ ਸਾਰੇ ਸਾਨੂੰ ਵੀ ਨਾਲ ਬਿਠਾ ਕੇ ਹੋਰ ਆਉਣ ਵੀ ਹਾਂਜੀ ਸਾਰੇ ਗੱਡੀਆਂ ਵਾਲੇ ਖੜ ਕੇ ਜੀ ਬੱਚਿਆਂ ਨੂੰ ਕੀ ਹੋਰ ਕੀ ਫੋਟੋਆਂ ਦਿਖਾ ਕੇ ਲੈ ਕੇ ਜਾਂਦੇ ਸਪੈਸ਼ਲ ਆਉਂਦੇ ਆ ਜੀ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੇ ਨਾਲ ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ ਪੰਜਾਬ ਟੂਡੇ।